हां जी ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸलाम नमस्कार ਤੁਹਾਡੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਕਰਨੇ ਕੀਤਾ ਤੇ ਜਰੂਰ ਕਰਿਓ ਵੀਡੀਓ ਚੰਗੀ ਲੱਗੀ ਤੇ ਲਾਈਕ ਕਰ ਜਿਹੜਾ ਕਰਨਾ ਬਿਲਕੁਲ ਨਹੀਂ ਭੁੱਲਣਾ ਤੁਸੀਂ ਦੇਖ ਰਹੇ ਹੋ ਆਪਣਾ ਫਟੂਰੋ ਇੰਟਰਨੈਸ਼ਨਲ ਸਭ ਤੋਂ ਪਹਿਲਾਂ ਜਿਹੜੀ ਵੀਡੀਓ ਦੀ ਸ਼ੁਰੂਆਤ ਹੈ ਜੀ ਕਰੰਸੀ ਰੇਟ ਦੇ ਨਾਲ ਕਰਾਂਗੇ ਇੱਕ ਅਮਰੀਕਨ ਡਾਲਰ ਦਾ 83.88 ਪੈਸੇ ਕ੍ਰੀਡਿਅਨ ਡਾਲਰ 64 ਰੁਪਏ 69 ਪੈਸੇ ਆਸਟ੍ਰੇਲੀਆ ਡਾਲਰ 56 ਰੁਪਏ 23 ਪੈਸੇ ਯੂਰੋਪੀਅਨ ਯੂਨੀਅਨ ਦਾ ਜਿਹੜਾ ਰੇਟ ਹੈ ਜੀ ਇਸ ਟਾਈਮ ਚੱਲਿਆ 0.92 ਰੁਪਏ 96 ਪੈ ਨਿਊਜ਼ੀਲੈਂਡ ਦਾ 1 ਕੋਡਰ 50 ਰੁਪਏ 60 ਪੈਸੇ ਦੁਬਈ ਦਾ ਦਰ 22 ਰੁਪਏ 84 ਪੈਸੇ ਤੇ ਅੰਗਰੇਂਡ ਦਾ 1 ਪੌਂਡ 110 ਰੁਪਏ 8 ਪੈਸੇ ਦੇ ਉੱਤੇ ਚੱਲ ਰਿਹਾ ਹੈ। ਬਾਕੀ ਦੁਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਹਨ ਜਿਹੜੇ ਕਿ ਆਈਫੋਨ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਜਿਵੇਂ ਇਹ ਜਿਹੜਾ ਹੈ ਆਈਫੋਨ 16 ਆਇਆ ਹੈ। ਹੁਣ ਲੋਕਾਂ ਨੇ ਕੀ ਕੀਤਾ ਕਿ ਜਿਹੜਾ ਪੁਰਾਣੇ ਆਈਫੋਨ ਜਿਨ੍ਹਾਂ ਦੇ ਕੋਲ ਹਨ ਜਾਂ ਤਾਂ ਵੇਚਣੇ ਸ਼ੁਰੂ ਕਰ ਦਿੱਤੇ ਨੇ ਜਾਂ ਕੋਈ ਜਿਹੜਾ ਬੰਦਾ ਹੈ ਜੀ ਪੁਰਾਣਾ ਆਈਫੋਨ 15 ਕਿਸੇ ਤੋਂ ਲੈ ਰਿਹਾ ਹੈ। ਇਸ ਵਿੱਚ ਦੋ ਤਿੰਨ ਗੱਲਾਂ ਹਨ ਜਿਹੜੀਆਂ ਤੁਸੀਂ ਬਹੁਤ ਖਿਆਲ ਰੱਖਣਾ ਹੈ ਕਿਉਂਕਿ ਆਈਫੋਨ ਦਾ ਜਿਹੜਾ ਰੇਟ ਹੁੰਦਾ ਹੈ ਜੀ ਕਾਫੀ ਜ਼ਿਆਦਾ ਮਹਿੰਗੇ ਫੋਨ ਮਿਲਦੇ ਹਨ ਤੇ ਇਸ ਕਰਕੇ ਜਿਹੜੀ ਨਕਲ ਲੋਕ ਇਸ ਦੀ ਬਹੁਤ ਕਰਦੇ ਹਨ ਤੇ ਕਈ ਵਾਰ ਜਿਹੜਾ ਡੁਪਲੀਕੇਟ ਫੋਨ ਵੀ ਤੁਹਾਨੂੰ ਪੁਰਾਣੇ ਦੇ ਨਾਮ ਦੇ ਉੱਤੇ ਦੇ ਦਿੱਤਾ ਜਾਂਦਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਜੇ ਤੁਸੀਂ ਕੋਈ ਵੀ ਪੁਰਾਣਾ ਆਈਫੋਨ ਖਰੀਦ ਰਹੇ ਹੋ ਤਾਂ ਜਿਹੜਾ ਉਹਦਾ ਜਨਰਲ ਜਿਹੜੀ ਜਾਣਾ ਹੈ ਸੈਟਿੰਗ ਜਿਹੜੀ ਫੋਨ ਦੀ ਸੈਟਿੰਗ ਵਿੱਚ ਜਾਣਾ ਹੈ ਉੱਥੇ ਤੁਸੀਂ ਜਨਰਲ ਦੇ ਵਿੱਚ ਜਾਣਾ ਹੈ ਉੱਥੇ ਅਬਾਊਟ ਉਹਦੇ ਵਿੱਚ ਜਾ ਕੇ ਆਈ ਐਮ ਇ ਆਈ ਨੰਬਰ ਹੈ ਜੋ ਦੇਖਣਾ ਹੈ ਜੋ ਤੁਸੀਂ ਆਈ ਐਮ ਈ ਆਈ ਨੰਬਰ ਜਿਹੜਾ ਹੈ ਜੀ ਦੇਖ ਲਿਆ ਤੇ ਫਿਰ ਤੁਸੀਂ ਜਿਹੜੀ ਇਹਨਾਂ ਦੀ অথੋਰਾਇਜ਼ਡ ਵੈਬਸਾਈਟ ਹੁੰਦੀ ਹੈ Apple ਵਾਲਿਆਂ ਦੀ ਉਹਦੇ ਉੱਤੇ ਜਾ ਕੇ ਉਹੀ ਨੰਬਰ ਜਿਹੜਾ ਉਹਦੇ ਵਿੱਚ ਜਾ ਕੇ ਚੈੱਕ ਕਰਨਾ ਹੈ ਜੇ ਤੁਹਾਨੂੰ ਉੱਥੇ ਨੰਬਰ ਉਹ ਮਿਲਦਾ ਹੈ ਤੇ ਇਹਦਾ ਮਤਲਬ ਕਿ ਤੁਹਾਡਾ ਜਿਹੜਾ ਆਈਫੋਨ ਹੈ ਉਹ ਅਸਲੀ ਤੁਸੀਂ ਖਰੀਦ ਰਹੇ ਹੋ ਉਸ ਤੋਂ ਬਾਅਦ ਜਿਹੜਾ ਫਿਰ ਦੁਬਾਰਾ ਸੈਟਿੰਗ ਦੇ ਵਿੱਚ ਜਾਣਾ ਹੈ ਫੋਨ ਦੀ ਬੈਟਰੀ ਚੈੱਕ ਕਰਨ ਦੇ ਬਾਅਦ ਸੈਟਿੰਗ ਦੇ ਵਿੱਚ ਜਾ ਕੇ ਅੱਗੇ ਤੁਸੀਂ ਬੈਟਰੀ অপਸ਼ਨ ਨੂੰ ਕਲਿੱਕ ਕਰਨਾ ਹੈ ਬੈਟਰੀ ਤੋਂ ਬਾਅਦ ਤੁਸੀਂ ਬੈਟਰੀ ਹੈਲਥ ਦੇ ਵਿੱਚ ਜਾਣਾ ਹੈ ਜੇ ਤੁਹਾਨੂੰ ਇੱਥੇ ਬੈਟਰੀ ਜਿਹੜੀ ਹੈ ਜੀ 80% ਤੋਂ ਘੱਟ ਦਿਖਾਈ ਦੇਵੇ ਤੁਹੋ ਫੋਨ ਇਹ ਨਾ ਖਰੀਦੋ ਕਿਉਂਕਿ ਜਿਹੜੀ ਉਹਦੀ ਬੈਟਰੀ ਹੈ ਜੀ ਜਲਦੀ ਖਤਮ ਹੋ ਸਕਦੀ ਹੈ ਇਸੇ ਤਰ੍ਹਾਂ ਜਿਹੜਾ ਆਈਫੋਨ ਦੀ ਡਿਸਪਲੇ ਹੁੰਦੀ ਹੈ ਉਹ ਵੀ ਕਈ ਵਾਰ ਕੀ ਕਰਦੇ ਨੇ ਕਿ ਲੋਕ ਕਈ ਵਾਰ ਟੁੱਟ ਜਾਂਦਾ ਹੈ ਸ਼ੀਸ਼ਾ ਤੇ ਦੁਆਰਾ ਜਿਹੜਾ ਪਾਉਂਦੇ ਹਨ ਕਈ ਵਾਰ ਉਹ ਡੁਪਲੀਕੇਟ ਪਾ ਦਿੰਦੇ ਹਨ ਤੁਸੀਂ ਜਿਹੜਾ ਇਸ ਨੂੰ ਵੀ ਚੈੱਕ ਕਰ ਸਕਦੇ ਹੋ ਤੁਸੀਂ ਇਸ ਨੂੰ ਚੈੱਕ ਕਰਨ ਦੇ ਵਾਸਤੇ ਫੋਨ ਦੀ ਸੈਟਿੰਗ ਦੇ ਵਿੱਚ ਜਾਣਾ ਹੈ ਉੱਥੇ ਜਾ ਕੇ ਤੁਸੀਂ ਟਰੂ ਟੋਨ ਫੀਚਰ ਦੇ ਉੱਤੇ ਜਾਣਾ ਹੈ ਜੇ ਫੀਚਰ ਚੱਲ ਰਿਹਾ ਹੈ ਕੰਮ ਕਰ ਰਿਹਾ ਹੈ ਤਾਂ ਤੁਸੀਂ ਸਮਝ ਜਾਣਾ ਹੈ ਕਿ ਜਿਹੜੀ ਫੋਨ ਦੀ ਡਿਸਪਲੇ ਹੈ Ориਜਨਲ ਹੈ ਅਗਲੀ ਖਬਰ ਜਿਹੜੀ ਹੈ ਜੀ ਇਟਲੀ ਦੇ ਨਾਲ ਸਬੰਧਤ ਹੈ ਇਟਲੀ ਸਟੇਟ ਦੇ ਵਿੱਚ ਲਤੀਨਾ ਸਟੇਟ ਜਿਹੜੀ ਇਟਲੀ ਦੇ ਵਿੱਚ ਇੱਥੇ ਤੁਹਾਨੂੰ ਯਾਦ ਹੋਵੇਗਾ ਕਿ ਇਟਲੀ ਵਿੱਚ ਕੰਮ ਕਰਦੇ ਇੱਕ ਪੰਜਾਬੀ ਨੌਜਵਾਨ ਜਿਹਦਾ ਨਾਮ ਸਤਨਾਮ ਸਿੰਘ ਸੀ ਜਿਸ ਦੀ ਜਾਨ ਚਲੀ ਜਾਂਦੀ ਹੈ ਇਸ ਉਮਰ ਜਿਹੜੀ 31 ਸਾਲ ਦੀ ਸੀ ਤੇ ਤਕਰੀਬਨ ਢਾਈ ਮਹੀਨੇ ਇਸ ਚੀਜ਼ ਨੂੰ ਜਿਹੜੇ ਹੋ ਚੁੱਕੇ ਨੇ ਇਸ ਘਟਨਾ ਨੂੰ ਜਿਹਦੇ ਵਿੱਚ ਕੀ ਹੋਇਆ ਸੀ ਕਿ ਜਦੋਂ ਇਸ ਨੌਜਵਾਨ ਦੀ ਬਾਹ ਕੱਟੀ ਜਾਂਦੀ ਹੈ ਕੰਮ ਕਰਦੇ ਆ ਤੇ ਜਿਹੜਾ ਉਸ ਦਾ ਮਾਲਕ ਸੀ ਉਸ ਦੇ ਘਰ ਦੇ ਸਾਹਮਣੇ ਹੀ ਜਿਹੜਾ ਇਸ ਨੂੰ ਛੱਡ ਕੇ ਚਲਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਨੌਜਵਾਨ ਦੀ ਡੈਥ ਹੋ ਜਾਂਦੀ ਹੈ ਜ਼ਿਆਦਾ ਖੂਨ ਵਗਣ ਦੀ وجہ ਦੇ ਨਾਲ ਹੁਣ ਕੱਲ ਜਿਹੜੀ ਇਸ ਨੌਜਵਾਨ ਦੀ ਢਾਈਆਂ ਮਹੀਨੇ ਤੋਂ ਬਾਅਦ ਜਿਹੜੀ ਡੈੱਡ ਬਾਡੀ ਹੈ ਜੀ ਇੰਡੀਆ ਦੇ ਵਿੱਚ ਪਹੁੰਚੀ ਹੈ ਤੇ ਕੱਲ ਜਿਹੜਾ ਮੋਗਾ ਜ਼ਿਲ੍ਹਾ ਦਾ ਪਿੰਡ ਪੈਂਦਾ ਹੈ ਜੀ ਚੰਦਨਵਾਲਾ ਇੱਥੇ ਜਿਹੜਾ ਇਸ ਨੌਜਵਾਨ ਦਾ ਸੰਸਕਾਰ ਜਿਹੜਾ ਅੰਤ ਨੂੰ ਸੰਸਕਾਰ ਕੱਲ ਕੀਤਾ ਗਿਆ ਹੈ ਪਹਿਲਾਂ ਇਸ ਬਾਰੇ ਤੇ ਕਿਹਾ ਗਿਆ ਸੀ ਕਿ ਜਿਹੜਾ ਛਾਈ ਜਿਹੜਾ ਉਸ ਦਾ ਪਰਿਵਾਰ ਹੈ ਜੀ ਉਹਨਾਂ ਨੂੰ ਇਟਲੀ ਸੱਦੇ ਜਾਵੇਗਾ ਤਾਂ ਕਿ ਜਿਹੜਾ ਇਟਲੀ ਵਿੱਚ ਹੀ ਇਸ ਨੌਜਵਾਨ ਦਾ ਜਿਹੜਾ ਸੰਸਕਾਰ ਕੀਤਾ ਜਾ ਸਕੇ ਪਰੰਤੂ ਦੱਸਿਆ ਗਿਆ ਹੈ ਕਿ ਪਰਿਵਾਰ ਦੀ ਸਹਿਮਤੀ ਦੇ ਨਾਲ ਜਿਹੜਾ ਸੀ ਡੈੱਡ ਬਾਡੀ ਨੂੰ ਹੁਣ ਜਿਹੜਾ ਇੰਡੀਆ ਦੇ ਵਿੱਚ ਭੇਜਿਆ ਗਿਆ ਹੈ ਹੁਣ ਚਲਦੇ ਹਾਂ ਜੀ ਨੈਕਸਟ ਖਬਰ ਦੇ ਉੱਤੇ ਜਿਹੜੀ ਨੈਕਸਟ ਖਬਰ ਉਹ ਲੋਕਾਂ ਦੇ ਨਾਲ ਸੰਬੰਧਤ ਹੈ ਜਿਨ੍ਹਾਂ ਦੇ ਕੋਲ ਯੂਰਪ ਦੇਸ਼ਾਂ ਦੇ ਵਿੱਚ ਜਿਹੜਾ ਬਿਲਕੁਲ ਵੀ ਘਰ ਨਹੀਂ ਹੈ ਤੇ ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਲੋਕ ਜਿਹੜੇ ਹਨ ਸੜਕਾਂ ਦੇ ਉੱਤੇ ਸੁੱਤੇ ਹੋਏ ਹਨ ਬਿਲਕੁਲ ਜਿਹੜੇ ਬੇਗਰ ਲੋਕ ਹੋ ਚੁੱਕੇ ਹਨ ਹੁਣ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਸਰਕਾਰ ਦੇ ਵੱਲੋਂ ਘਰ ਦਿੱਤੇ ਜਾ ਰਹੇ ਹਨ ਪਹਿਲਾਂ ਜਿਹੜੀ ਸਟਾਰਟਿੰਗ ਹੈ ਜੀ ਤੁਹਾਨੂੰ ਉੱਥੋਂ ਦੱਸਦੇ ਹਾਂ ਹੋਇਆ ਇਸ ਤਰ੍ਹਾਂ ਸੀ ਕਿ ਜਿਹੜੀ ਸਟਾਰਟਿੰਗ ਦੇ ਵਿੱਚ ਇੱਕ ਯੋਜਨਾ ਚੱਲੀ ਸੀ 1987 ਦੇ ਵਿੱਚ ਇਹ ਯੋਜਨਾ ਫਿਨਲੈਂਡ ਦੇ ਵਿੱਚ ਚੱਲੀ ਸੀ ਉਸ ਚੋਂ 18000 ਤੋਂ ਵੱਧ ਜਿਹੜੇ ਲੋਕ ਸਨ ਜਿਹੜੇ ਕਿ ਸੜਕਾਂ ਦੇ ਉੱਤੇ ਸੌਂਦੇ ਸਨ ਇਹਨਾਂ ਨੂੰ ਜਿਹੜੇ ਘਰ ਦਿੱਤੇ ਗਏ ਸਨ ਤੇ ਉਸ ਤੋਂ ਬਾਅਦ ਕੀ ਹੋਇਆ ਕਿ 2007 ਦੇ ਵਿੱਚ ਫਿਨਲੈਂਡ ਨੇ ਇੱਕ ਹਾਊਸਿੰਗ ਫਰਸਟ ਨੀਤੀ ਸ਼ੁਰੂ ਕੀਤੀ ਸੀ ਇਹਦੇ ਵਿੱਚ ਫਿਰ ਜਿਹੜੇ ਲੋਕਾਂ ਨੂੰ ਲੱਭਿਆ ਗਿਆ ਜਿਹਨਾਂ ਲੋਕਾਂ ਕੋਲ ਘਰ ਨਹੀਂ ਹੈ ਸਰਕਾਰ ਦੇ ਬੰਦੇ ਬਕਾਇਦਾ ਉਹਨਾਂ ਲੋਕਾਂ ਦੀ ਭਾਲ ਕਰਦੇ ਹਨ ਜਿਹੜੇ ਸੜਕਾਂ ਤੇ ਸੌਂਦੇ ਸਨ ਜ਼ਿਆਦਾਤਰ ਦੇਖਿਆ ਗਿਆ ਕਿ ਇਹਦੇ ਵਿੱਚ ਜਿਹੜੇ ਨਸ਼ੇ ਵਗੈਰਾ ਦਾ ਲੋਕ ਸੇਵਨ ਕਰਦੇ ਸਨ ਉਹਨਾਂ ਦੀ ਗਿਣਤੀ ਜ਼ਿਆਦਾ ਸੀ ਇਹਨਾਂ ਦਾ ਜਿਹੜਾ ਇਲਾਜ ਦਾ ਪ੍ਰਬੰਧ ਕੀਤਾ ਗਿਆ ਤੇ ਬਾਅਦ ਵਿੱਚ ਇਹਨਾਂ ਨੂੰ ਘਰ ਦਿੱਤੇ ਗਏ ਹੁਣ ਜਿਹੜੀ ਇਹ ਫਿਨਲੈਂਡ ਨੇ ਜਿਹੜੀ ਸਕੀਮ ਚਲਾਈ ਸੀ ਇਹਹੀ ਸਕੀਮ ਜਿਹੜੀ ਹੈ ਜੀ ਹੁਣ ਇੱਕ ਹੋਰ ਤੀਸਰੀ ਵੀ ਸ਼ੁਰੂ ਹੋ ਚੁੱਕੀ ਹੈ ਇਹ ਜਿਹੜੀ ਸਕੀਮ ਹੈ ਜੀ ਹੁਣ ਇੰਗਲੈਂਡ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਸਰਕਾਰ ਜਿਹੜੀ ਇੰਗਲੈਂਡ ਦੀ ਲੋਕਾਂ ਨੂੰ ਸੜਕਾਂ ਤੋਂ ਚੁੱਕ ਕੇ ਘਰ ਦੇ ਰਹੀ ਹੈ ਹਾਊਸਿੰਗ ਫਰਸਟ ਇਹ ਜਿਹੜੀ ਸਕੀਮ ਹੈ ਜੀ ਗ੍ਰੇਟਰ ਮਾਂਚੈਸਟਰ ਦੇ ਜਿਹੜੇ ਮੇਅਰ ਹਨ ਐਂਡੀ ਬਰਨਹੈਮ ਇਹਨਾਂ ਨੇ ਜਿਹੜੀ ਇਹ ਸਕੀਮ ਲਾਂਚ ਕੀਤੀ ਹੈ ਸਟਾਰਟਿੰਗ ਦੇ ਵਿੱਚ ਦੱਸਿਆ ਗਿਆ ਕਿ 400 ਲੋਕਾਂ ਨੂੰ ਜਿਹੜਾ ਕਰ ਦਿੱਤੇ ਜਾਣਗੇ ਯੂਕੇ ਦੇ ਵਿੱਚ ਇਹਦਾ ਜਿਹੜਾ ਸਾਰਾ ਖਰਚਾ ਹੈ ਜਿਹੜੀ ਸੈਂਟਰ ਸਰਕਾਰ ਹੋਏਗੀ ਯੂਕੇ ਦੀ ਉਹ ਜਿਹੜੀ ਸਾਰਾ ਖਰਚਾ ਜਿਹੜਾ ਝੱਲੇਗੀ ਜਿਹਨਾਂ ਲੋਕਾਂ ਨੂੰ ਕੋਈ ਮਾਨਸਿਕ ਸਮੱਸਿਆਵਾਂ ਹਨ ਜਾਂ ਜਿਨ੍ਹਾਂ ਨੂੰ ਨਸ਼ੇ ਦੀ ਲਤ ਲੱਗੀ ਹੋਈ ਹੈ ਪਹਿਲਾਂ ਜਿਹੜਾ ਇਹਨਾਂ ਲੋਕਾਂ ਨੂੰ ਜਿਹੜਾ ਸਕੀਮ ਦਾ ਲਾਭ ਦਿੱਤਾ ਜਾਵੇਗਾ ਐិច្ਛੇ ਤੁਹਾਨੂੰ ਵੀ ਦੱਸ ਦਈਏ ਕਿ ਜਿਹੜੀਆਂ ਸਾਰੀਆਂ ਸਕੀਮਾਂ ਹਨ ਸਹੂਲਤਾਂ ਹਨ ਇਹ ਮੁਫਤ ਵਿੱਚ ਦਿੱਤੀਆਂ ਜਾ ਰਹੀਆਂ ਹਨ ਜੇ ਕੋਈ ਬੰਦੇ ਦਾ ਲਾਜ਼ਮੀ ਕਰਨ ਪਵੇ ਤਾਂ ਬਿਲਕੁਲ ਜਿਹੜਾ ਫ੍ਰੀ ਕੀਤਾ ਜਾਵੇਗਾ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ ਇਹ ਵਿੱਚ ਕੋਈ ਜਿਹੜੀਆਂ ਸ਼ਰਤਾਂ ਵੀ ਕਿਸੇ ਦੇ ਉੱਤੇ ਨਹੀਂ ਲਾਈਆਂ ਜਾ ਰਹੀਆਂ ਸਰਕਾਰ ਦਾ ਜਿਹੜੇ ਦੇ ਵਿੱਚ ਇੱਕੋ ਇੱਕ ਟਾਰਗੇਟ ਹੈ ਕਿ ਜਿਹੜੇ ਬੇਗਰ ਲੋਕ ਹਨ ਇਹਨਾਂ ਨੂੰ ਜਿਹੜੇ ਘਰ ਦੇਣੇ ਹਨ ਤੇ ਜਿਹੜੇ ਸੜਕਾਂ ਤੇ ਲੋਕ ਰਹਿੰਦੇ ਹਨ ਇਹਨਾਂ ਨੂੰ ਜਿਹੜੀਆਂ ਚੰਗੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਹਨ ਹੋ ਸਕਦਾ ਹੈ ਕਿ ਯੂਕੇ ਦੀ ਦੇਖੋ ਦੇਖੀ ਜਿੱਦਾਂ ਕਿ ਯੂਕੇ ਨੇ ਫਿਨਲੈਂਡ ਦੇ ਹਿਸਾਬ ਦੇ ਨਾਲ ਇਹ ਸਕੀਮ ਚਲਾਈ ਹੈ ਤੇ ਹੁਣ ਯੂਕੇ ਤੋਂ ਬਾਅਦ ਯੂਰਪੀ ਜਿਹੜੇ ਹੋਰ ਦੇਸ਼ ਹਨ ਯੂਰਪ ਦੇ ਉਹਨਾਂ ਦੇਸ਼ਾਂ ਦੇ ਵਿੱਚ ਵੀ ਸ਼ਾਇਦ ਜਿਹੜੀ ਇਹੋ ਜਿਹੀ ਸਕੀਮ ਉਹਨਾਂ ਲੋਕਾਂ ਦੇ ਵਾਸਤੇ ਚੱਲੇ ਜਿਨ੍ਹਾਂ ਦੇ ਕੋਲ ਫਿਲਹਾਲ ਜਿਹੜੇ ਘਰ ਨਹੀਂ ਹਨ ਜਾਂ ਨਸ਼ੇ ਦੀ ਵਈਆ ਦੇ ਨਾਲ ਜਿਹੜਾ ਸਾਰਾ ਕੁਝ ਵਿਕ ਚੁੱਕਾ ਹੈ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਲੋਕਾਂ ਦੇ ਨਾਲ ਸਬੰਧਤ ਹੈ ਜਿਹੜੇ ਲੋਕ ਯੂਰਪ ਦੇ ਵਿੱਚ ਕੰਮ ਕਰਦੇ ਹਨ ਜਾਂ ਇਟਲੀ ਦੇ ਵਿੱਚ ਵੀ ਤੇ ਜਿਹੜੇ ਪੈਸੇ ਹਨ ਜੀ ਇੰਡੀਆ ਨੂੰ ਭੇਜਦੇ ਹਨ ਤੁਸੀਂ ਕਈ ਵਾਰ ਜਦੋਂ ਇੰਡੀਆ ਨੂੰ ਪੈਸਾ ਭੇਜਦੇ ਹੋ ਤੇ ਵੈਸਟਨ ਯੂਨੀਅਨ ਦੇ ਥਰੂ ਭੇਜਦੇ ਹੋ ਜਾਂ ਜਿਹੜੀ ਰੀਆ ਹੈ ਜੀ ਕੰਪਨੀ ਉਹਦੇ ਥਰੂ ਭੇਜਦੇ ਹੋ ਜਾਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਐਪ ਅੱਜਕੱਲ ਚੱਲ ਰਹੀਆਂ ਹਨ ਤੇ ਸਾਰੀਆਂ ਹੀ ਵਧੀਆ ਹਨ ਚੰਗੀਆਂ ਹਨ ਸਾਰਿਆਂ ਦੇ ਵਿੱਚ ਕੁਝ ਨਾ ਕੁਝ ਜਿਹੜਾ ਹੈ ਜੀ ਵਧੀਆ ਵੀ ਕੰਮ ਹੁੰਦਾ ਤੇ ਕਈ ਵਾਰ ਕੁਝ ਜਿਹੜਾ ਬੰਦੇ ਨੂੰ ਠੀਕ ਨਹੀਂ ਲੱਗਦਾ ਇਸ ਤਰ੍ਹਾਂ ਵੀ ਹੁੰਦਾ ਹੈ ਕਿਉਂਕਿ ਕਈ ਵਾਰ ਜਿਹੜਾ ਕਮਿਸ਼ਨ ਜ਼ਿਆਦਾ ਕਿਸੇ ਐਪ ਦੇ ਵਿੱਚ ਹੁੰਦਾ ਹੈ ਤੇ ਕਿਸੇ ਐਪ ਦੇ ਵਿੱਚ ਜਿਹੜਾ ਰੇਟ ਹੈ ਜੀ ਉਹ ਘੱਟ ਲੱਗਦਾ ਹੈ ਦੂਜੀ ਵਿੱਚ ਜ਼ਿਆਦਾ ਲੱਗਦਾ ਹੈ ਇਹ ਜਿਹੜੀਆਂ ਕੁਝ ਸਮੱਸਿਆਵਾਂ ਆਮ ਵੀਰਾਂ ਨੂੰ ਆਉਂਦੀਆਂ ਹਨ ਹੁਣ ਜੇ ਤੁਸੀਂ ਆਪਣੇ ਯੂਰੋ ਜਿਹੜੀ ਹੈ ਜੀ ਤੁਸੀਂ ਇੰਡੀਆ ਦੇ ਵਿੱਚ ਭੇਜਣੀ ਹੈ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਤੁਹਾਨੂੰ ਮੁੱਲ ਮਿਲੇ ਉਸ ਦਾ ਰੇਟ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਲੱਗੇ ਤੇ ਉਹਦੇ ਵਾਸਤੇ ਕੀ ਕਰਨਾ ਚਾਹੀਦਾ ਹੈ ਉਹਦੇ ਵਾਸਤੇ ਇਸ ਤਰ੍ਹਾਂ ਹੁੰਦਾ ਹੈ ਕਿ ਤੁਸੀਂ ਜਦੋਂ ਆਪਣੇ ਫੋਨ ਦੇ ਵਿੱਚ ਕਿਸੇ ਐਪ ਨੂੰ ਇੰਸਟਾਲ ਕਰਦੇ ਹੋ ਤੇ ਸਿੱਧਾ ਜਿਹੜਾ ਪੈਸਾ ਆਪਣੇ ਫੋਨ ਦੇ ਵਿੱਚੋਂ ਭੇਜਦੇ ਹੋ ਆਪਣੇ ਡੈਬਿਟ ਉਹਦੇ ਜਿਹੜਾ ਰੇਟ ਜਿਆਦਾ ਇਸ ਕਰਕੇ ਲਾਇਆ ਜਾਂਦਾ ਹੈ ਕਿਉਂਕਿ ਦੁਕਾਨ ਨਾਲੋਂ ਵੀ ਜਿਆਦਾ ਰੇਟ ਜਿਹੜਾ ਤੁਹਾਡੇ ਫੋਨ ਤੋਂ ਲੱਗਦਾ ਹੈ ਉਹ ਇਸ ਕਰਕੇ ਕਿਉਂਕਿ ਜਿਹੜਾ ਤੁਹਾਡੇ ਡੈਬਿਟ ਕਾਰਡ ਦੇ ਵਿੱਚੋਂ ਸਿੱਧਾ ਹੀ ਪੈਸਾ ਜਿਹੜਾ ਵੈਸਟਰਨ ਯੂਨੀਅਨ ਚੁੱਕਦੀ ਹੈ ਸੋ ਇਸ ਕਰਕੇ ਤੁਹਾਨੂੰ ਜਿਹੜਾ ਰੇਟ ਵੀ ਸਹੀ ਦਿੱਤਾ ਜਾਂਦਾ ਹੈ ਜੇ ਤੁਸੀਂ ਪੈਸਾ ਜਿਹੜਾ ਆਪਣੇ ਬੈਂਕ ਦੇ ਵਿੱਚ ਭੇਜਦੇ ਹੋ ਸਿੱਧਾ ਆਪਣੇ ਅਕਾਊਂਟ ਦੇ ਵਿੱਚ ਤਾਂ ਉਹਦੇ ਉੱਤੇ ਜਿਹੜਾ ਖਰਚਾ ਹੈ ਜੀ ਤਕਰੀਬਨ ਜੇਪਾ ਵੈਸਟਰਨ ਯੂਨੀਅਨ ਦੀ ਗੱਲ ਕਰੀਏ ਤਾਂ 99 ਜਿਹੜੇ ਪੈਸੇ ਮਤਲਬ ਕਿ 99 ਸੈਂਟ ਜਿਹੜੇ ਖਰਚਾ ਪੈਂਦਾ ਹੈ ਬਿਸ਼ੱਕ ਤੁਸੀਂ 500 ਯੂ ਤੇ ਇਹ ਜਿਹੜਾ ਖਰਚਾ ਹੈ ਜੀ 99 ਸੈਂਟ ਦੇ ਆਸ-ਪਾਸ ਪੈਂਦਾ ਹੈ ਤੇ ਜਿਹੜਾ ਰੇਟ ਹੈ ਜੀ ਉਹ ਵੀ ਤੁਹਾਨੂੰ ਵਧੀਆ ਮਿਲਦਾ ਹੈ। ਤੇ ਇੱਥੇ ਹੀ ਦੱਸ ਦਈਏ ਕਿ ਪੈਸਾ ਭੇਜਣ ਦੇ ਵਿੱਚ ਸਮਾਂ ਕਿੰਨਾ ਲੱਗਦਾ ਹੈ। ਜੇ ਤੁਸੀਂ ਪੈਸਾ ਆਪਣੇ ਅਕਾਊਂਟ ਦੇ ਵਿੱਚ ਭੇਜਦੇ ਹੋ ਤੇ ਜਿਵੇਂ ਹੀ ਤੁਸੀਂ ਇੱਥੇ ਕਲਿੱਕ ਕਰਦੇ ਹੋ, ਤਕਰੀਬਨ 1 ਮਿੰਟ ਦੇ ਬਾਅਦ ਜਦੋਂ ਤੁਸੀਂ ਆਪਣੀ ਇੰਡੀਆ ਵਾਲੀ ਐਪ ਖੋਲੋਗੇ ਬੈਂਕ 'ਤੇ ਜਿਹੜਾ ਪੈਸਾ ਤੁਹਾਡਾ ਇੰਡੀਆ ਦੀ ਬੈਂਕ ਦੇ ਵਿੱਚ ਪਹੁੰਚ ਜਾਂਦਾ ਹੈ 1 ਮਿੰਟ ਦੇ ਅੰਦਰ ਅੰਦਰ। ਬਾਕੀ ਇੱਥੇ ਜਿਹੜੀ ਇੱਕ ਚੰਨ ਸਾਰਿਆਂ ਨੂੰ ਜਿਹੜੀ ਐਡਵਾਈਸ ਜ਼ਰੂਰ ਦੱਸ ਦਈਏ ਕਿ ਜੇ ਤੁਸੀਂ ਇਸ ਚੀਜ਼ ਦੇ ਐਕਸਪਰਟ ਹੋ ਤੁਸੀਂ ਇੰਟਰਨੈਟ ਦੇ ਉੱਤੇ ਜਿੱਦਾਂ ਕੀ ਇਹ ਜਿਹੜੇ ਕੰਮ ਜਿੱਦਾਂ ਐਪ ਵਗੈਰਾ ਚਲਾ ਸਕਦੇ ਹੋ ਜਾਂ ਤੁਸੀਂ ਮਹਾਰੋ ਫਿਰ ਜਿਹੜਾ ਇਹ ਕੰਮ ਕਰਨਾ ਚਾਹੀਦਾ ਹੈ ਜਿਹਦੇ ਵਿੱਚ ਮਹਾਰਤ ਅਸਲ ਨਹੀਂ ਹੈ ਤੇ ਫਿਰ ਜਿਹੜਾ ਕੰਮ ਬਿਲਕੁਲ ਨਾ ਕਰੋ ਆਪ ਫਿਰ ਤੁਸੀਂ ਸ਼ਾਪ ਤੋਂ ਜਾ ਕੇ ਅੱਜਕੱਲ ਬਹੁਤ ਸਾਰੀਆਂ ਛੋਪਾਂ ਉੱਥੇ ਤੁਹਾਨੂੰ ਜਿਹੜੀਆਂ ਵੈਸਟਰਨ ਯੂਨੀਅਨ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਏਜੰਸੀਆਂ ਮਿਲਦੀਆਂ ਤੁਸੀਂ ਉਹਨਾਂ ਦੇ ਕੋਲੋਂ ਜਾ ਕੇ ਇਹ ਜਿਹੜੇ ਪੈਸੇ ਭਿਜਵਾ ਸਕਦੇ ਹੋ ਕਿਉਂਕਿ ਉਹਦੇ ਨਾਲ ਕੀ ਹੁੰਦਾ ਹੈ ਕਿ ਜੇ ਜਿਆਦਾ ਜਾਣਕਾਰੀ ਨਹੀਂ ਹੈ ਤਾਂ ਪੈਸਾ ਜਿਹੜਾ ਹੈ ਜੀ ਸਹੀ ਤਰੀਕੇ ਨਾਲ ਤੁਹਾਡਾ ਪਹੁੰਚ ਜਾਂਦਾ ਹੈ ਕਿਉਂਕਿ ਉਹ ਜਿਹੜੇ ਵੀਰ ਸਾਡੇ ਐਕਸਪਰਟ ਹੁੰਦੇ ਹਨ ਇਹਨਾਂ ਚੀਜ਼ਾਂ ਦੇ ਹਾਂਜੀ ਤੇਜਪਾਲ ਸਿੰਘ ਸੰਧੂ ਵੀਰ ਦਾ ਕਮੈਂਟ ਹੈ ਉਹ ਕਹਿੰਦੀਆਂ ਕਿ ਇਹਨਾਂ ਦੇ ਕੋਲ ਸਿਟੀਜ਼ਨਸ਼ਿਪ ਇਥੋਂ ਦੀ ਤੇ ਇਹਨਾਂ ਦੀ ਵਾਈਫ ਦੇ ਉੱਪਰ ਜਿਹੜੀ ਸਿਟੀਜ਼ਨਸ਼ਿਪ ਨਹੀਂ ਹੈ ਇਹਨਾਂ ਨੇ ਆਪਣੀ ਮਦਰ ਦਾ ਜਿਹੜਾ ਡਾਕਟਰੀ ਕਾਰਡ ਹੈ ਜੀ ਉਹਦੇ ਵਾਸਤੇ ਪੁੱਛਿਆ ਕਿ ਕੀ ਕਰਨਾ ਹੋਵੇਗਾ ਕਿ ਪੈਸੇ ਲੱਗਣਗੇ ਜੇ ਤੁਹਾਡੇ ਕੋਲ ਚੀਤਾ ਦੀ ਜਾਣਸਾ ਨਾ ਹੁੰਦੀ ਤੇ ਫਿਰ ਜਿਹੜਾ ਤੁਹਾਡਾ ਕੋਡ ਦੇ ਹਿਸਾਬ ਨਾਲ ਪ ਹੋ ਸਕਦਾ ਕਿ ਤੁਹਾਡਾ 1700 ਜਾਂ 1800 ਯੂਰੋ ਇੱਕ ਸਾਲ ਦਾ ਲੱਗਦਾ ਜਾਂ 1500 ਯੂਰੋ ਇੱਕ ਸਾਲ ਦਾ ਲੱਗਦਾ ਮਤਲਬ 31 ਦਸੰਬਰ ਤੱਕ ਜਿਹੜਾ ਕਾਰਡ ਨਾਰਮਲ ਬਣਦਾ ਹੈ ਹੁਣ ਤੁਹਾਡੇ ਕੋਲ ਚੀਤਾ ਦੀ ਨਾਮ ਸਾਹਿਬ ਹੈ ਇਸ ਕਰਕੇ ਤੁਹਾਡਾ ਜਿਹੜਾ ਕੋਈ ਵੀ ਪੈਸਾ ਨਹੀਂ ਲੱਗਣਾ ਤੁਸੀਂ ਆਪਣੇ ਬੀਜ ਦੇ ਉੱਤੇ ਜਿਹੜਾ ਹੈ ਜੀ ਉਹਨਾਂ ਦਾ ਡਾਕਟਰੀ ਕਾਰਡ ਬਣਾ ਸਕਦੇ ਹੋ ਅਗਲਾ ਕਮੈਂਟ ਹੈ ਜੀ ਆਪਣਾ ਬੀਤ ਦਾ ਉਹਨਾਂ ਨੇ ਪੁੱਛਿਆ ਕਿ ਜਿਹੜਾ OCI ਕਾਰਡ ਜੀ 80 ਬਿੱਟੂ ਹੈ ਜਿਹਨਾਂ ਦਾ ਨਾਮ OCI ਕਾਰਡ ਲੈਣਾ ਚਾਹੀਦਾ ਹੈ ਜਾਂ ਨਹੀਂ ਬਿਲਕੁਲ ਜਿਹੜਾ OCI ਕਾਰਡ ਲੈਣਾ ਚਾਹੀਦਾ ਹੈ ਇਹ ਤਾਂ ਨੂੰ ਬਹੁਤ ਜ਼ਿਆਦਾ ਬੈਨੀਫੀਟ ਹੈ ਬਾਰ-ਬਾਰ ਜਿਹੜੇ ਵੀਜ਼ੇ ਨਹੀਂ ਲਾਉਣ ਪੈਂਦੇ। ਬਾਕੀ ਸਾਡੇ ਇੱਕ ਵੀਰ ਹਾਂ ਜੀ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਕੋਲ ਟੈਲੀਨੋ ਪਾਸਪੋਰਟ ਜਿਹੜਾ ਉਹਨੂੰ ਮਿਲ ਗਿਆ ਹੈ। ਪਰੰਤੂ ਇੰਡੀਅਨ ਪਾਸਪੋਰਟ ਜਿਹੜਾ ਅਜੇ ਤੱਕ ਕੈਨਸਲ ਨਹੀਂ ਹੋਇਆ। ਸਰਟੀਫਿਕੇਟ ਜਿਹੜਾ ਹੈ ਜੀ ਮਤਲਬ ਉਹਨਾਂ ਨੂੰ ਨਹੀਂ ਮਿਲਿਆ ਜਿਹੜਾ ਸਰੈਂਡਰ ਸਰਟੀਫਿਕੇਟ ਹੁੰਦਾ ਹੈ। ਕਿ ਉਹ ਇੰਡੀਆ ਜਾ ਸਕਦੇ ਹਨ? ਹਾਂਜੀ ਹਾਂਜੀ ਜ਼ਰੂਰ ਜਾ ਸਕਦੇ ਹੋ ਤੁਸੀਂ। ਤੁਹਾਨੂੰ ਜਿਹੜਾ ਇਸ ਦੇ ਵਾਸਤੇ ਵੀਜ਼ਾ ਲੈਣਾ ਪਵੇਗਾ। ਬਾਕੀ ਜਿਹੜਾ ਤੁਹਾਡਾ ਪ੍ਰੋਸੈਸ ਹੈ ਜੀ ਆਪਣੇ ਹਿਸਾਬ ਦੇ ਨਾਲ ਚੱਲਦਾ ਜਾਏਗਾ। ਤੁਸੀਂ ਜਿਹੜੀ ਆਪਣੀ ਯਾਤਰਾ ਕਰਨੀ ਹੈ ਬਾਕੀ ਧੰਨਵਾਦ ਕਰਦੇ ਆ ਯੂਜ਼ਰ P5HG ਰਾਇਲ ਟਰੇਡਿੰਗ ਜਸਵਿੰਦਰ ਕੌਰ ਸੁਮਨ ਨਦੀਮ ਬੋਸ ਸਾਦਲ ਸੂਰਜ ਯੂਜ਼ਰ P 80 ਬਿੱਟੂ ਯੂਜ਼ਰ P ਅਗੀਨਾ ਦਫੀ ਦੁਆਰਾ ਕਮੈਂਟ ਹੈ ਜੀ ਸਹੀ ਚੰਦਰ ਕੁਲਵਿੰਦਰ ਸਿੰਘ ਇੰਦਰਜੀਤ ਸਿੰਘ ਅਗੇ ਯੂਜ਼ਰ ਕਯੂਵੀ জাফর ਇਕਵਾਲ ਤੇਜਪਾਲ ਸਿੰਘ ਸੰਧ ਗੁਰਸੇਮ ਬਿੰਦਰ ਸਿੰਘ ਦੀਪਟਲੋ ਜਗਤਾਰ ਸਿੰਘ ਪਵਨ ਕੁਮਾਰ ਸਤਨਾਮ ਸਿੰਘ ਸਿੰਘ ਭਾਜੀ ਜਗਵੀਰ ਚੱਠਾ ਅੱਗੇ ਹੈ ਜੀ ਮੂਨ ਸਿੰਘ ਅਨਿਲ ਕੁਮਾਰ ਇਹਨਾਂ ਸਾਰੇ ਵੀਰਾਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੁਸੀਂ ਜਿਹੜਾ ਕਮੈਂਟ ਕੀਤਾ ਤੇ ਬਾਕੀ ਜਿਹੜੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲੀਓ ਤੇ ਗਰੁੱਪ ਤੇ ਵੀ ਜਿਹੜਾ ਹੈ ਜੀ ਸ਼ੇਅਰ ਵੀ ਜਰੂਰ ਕਰਿਆ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ